ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਸੰਸਾਰ ਦਾ ਭਲਾ ਕਿਵੇਂ ਹੋ ਸਕਦਾ ਹੈ, ਸੰਸਾਰ 'ਚ ਰਹਿੰਦਿਆਂ ਕਿਸ ਤਰ੍ਹਾਂ ਦਾ ਜੀਵਨ ਚਾਹੀਦਾ ਹੈ, ਗੁਰ ਇਤਿਹਾਸ ਹੈ ਆਪ ਜੀ ਦੇ ਸਾਹਮਣੇ ਰੱਖਣਾ ਹੈ। ਸੁਰਤੀਆਂ ਇਕਾਗਰ ਕਰਕੇ ਸੁਣਿਓ, ਅਸੀਂ ਕਿੱਥੇ ਖੜ੍ਹੇ ਹਾਂ ਅਤੇ ਹੋਣਾ ਕੀ ਚਾਹੀਦਾ ਗੁਰੂ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਤਾਰ ਰਹੇ ਨੇ, ਤਾਰਦੇ ਤਾਰਦੇ ਸੰਸਾਰ ਨੂੰ ਮਹਾਰਾਜ ਜਾਂਦੇ ਨੇ ਪਟਨਾ ਸਾਹਿਬ ਗੁਰਮੁਖ। ਜਿਹੜਾ ਇਹ ਪਟਨਾ ਹੈ ਨਾ, ਇਹ ਬਹੁਤ ਪੁਰਾਣਾ ਸ਼ਹਿਰ ਹੈ ਪਟਨਾ ਸਾਹਿਬ, ਦੁਆਪਰ ਯੁੱਗ ਵੇਲੇ ਦਾ ਵਸਿਆ ਹੋਇਆ ਹੈ। ਆਖੋ ਸਤਨਾਮ। ਦੁਆਪਰ ਯੁੱਗ ਵਿੱਚ ਸ੍ਰੀ ਕ੍ਰਿਸ਼ਨ ਜੀ ਅਵਤਾਰ ਆਏ, ਇਹ ਉਦੋਂ ਵੀ ਪਹਿਲਾਂ ਦਾ ਪਾਟਲੀ ਪੁੱਤਰ ਪਟਨਾ ਸਾਹਿਬ, ਇਹ ਵਸਾਇਆ ਸੀ ਗੁਰਮੁਖੋ ਰਾਜੇ ਵੈਦ ਰੱਥ ਨੇ। ਇੱਕ ਰਾਜਾ ਜਰਾਸੰਧ ਹੋਇਆ, ਜਰਾਸੰਧ ਦਾ ਬਾਪ ਸੀ ਰਾਜਾ ਵੈਦ ਰੱਥ, ਉਹਨੇ ਵਸਾਇਆ ਸੀ। ਇਹ ਬਹੁਤ ਪੁਰਾਣਾ ਸ਼ਹਿਰ ਹੈ ਪਟਨਾ ਸਾਹਿਬ। ਉਹ ਵਸਾਉਣ ਦਾ ਵੀ ਇੱਕ ਕਾਰਨ ਬਣਿਆ ਸੀ, ਵੈਦ ਰੱਥ ਰਾਜੇ ਨੇ ਜਦੋਂ ਸ਼ਹਿਰ ਵਸਾਇਆ, ਇਹਦੇ ਔਲਾਦ ਨਹੀਂ ਸੀ ਗੁਰਮੁਖੋ, ਔਲਾਦ ਨਾ ਹੋਈ, ਇਹਨੇ ਦਵਾਈਆਂ ਬੂਟੀਆਂ ਬਹੁਤ ਲਈਆਂ, ਇਲਾਜ ਬੜੇ ਕਰਵਾਏ ਪਰ ਬੱਚਾ ਨਾ ਹੋਇਆ। ਅਤੇ ਉੱਥੇ ਇੱਕ ਚੰਦਰਕ ਰਿਸ਼ੀ ਹੋਇਆ, ਚੰਦਰਕ। ਇਹ ਚੰਦਰਕ ਰਿਸ਼ੀ ਕੋਲ ਜਾਂਦਾ ਹੈ ਰਾਜਾ ਵੈਦ ਰੱਥ, ਜਾ ਕੇ ਬੇਨਤੀ ਕੀਤੀ, ਕਹਿੰਦਾ ਮਹਾਂਪੁਰਸ਼ੋ ਔਲਾਦ ਨਹੀਂ ਹੈ, ਮੈਂ ਨਗਰ ਵੀ ਵਸਾ ਲਿਆ, ਰਾਜ ਭਾਗ ਮੇਰਾ ਬਹੁਤ ਹੈ, ਮਾਇਆ ਬਹੁਤ ਹੈ, ਮਹਿਲ ਬੜਾ ਸੋਹਣਾ ਹੈ, ਸਾਰਾ ਕੁਛ ਹੈਗਾ ਪਰ ਔਲਾਦ ਹੈ ਨਹੀਂ। ਕਹਿੰਦਾ ਜਾਣ ਵੇਲੇ ਕੀ ਕੀਤਾ, ਫਲ ਲੈ ਗਿਆ ਮਹਾਂਪੁਰਸ਼ਾਂ ਕੋਲ, ਕਿਉਂਕਿ ਸਾਧੂ ਸੰਤ ਮਹਾਤਮਾ ਕੋਈ ਰਾਜਾ ਹੋਵੇ, ਵੈਦ ਹੋਵੇ, ਜੋਤਸ਼ੀ ਹੋਵੇ, ਇਹਨਾਂ ਕੋਲ ਕਹਿੰਦੇ ਖਾਲੀ ਹੱਥੀਂ ਨਹੀਂ ਜਾਣਾ ਚਾਹੀਦਾ। ਤਾਂ ਹੀ ਤਾਂ ਆਪਾਂ ਦੇਖੋ ਆਉਂਦੇ ਹਾਂ, ਜਿਨ੍ਹਾਂ ਨੂੰ ਪਤਾ ਹੈ ਸ਼ਰਧਾ ਹੈ, ਉਹ ਮਾਲਕ ਦੇ ਘਰ ਵੀ ਜੇ ਆਉਣਗੇ 5-10 ਰੁਪਏ ਮੱਥਾ ਜ਼ਰੂਰ ਟੇਕਣਗੇ, ਅਤੇ ਨਹੀਂ ਤਾਂ ਬੀਬੀਆਂ ਥਾਲ ਜਾਂ ਕੌਲੀ ਬਾਟੀ ਆਟਾ ਹੀ ਲੈ ਕੇ ਆਉਂਦੀਆਂ, ਕਣਕ ਲੈ ਕੇ ਆਉਂਦੀਆਂ, ਖਾਲੀ ਹੱਥ ਨਹੀਂ ਆਉਣਾ ਚਾਹੀਦਾ, ਇਹ ਮਰਿਆਦਾ ਹੈ। ਅਤੇ ਰਾਜਾ ਵੈਦ ਰੱਥ ਅੰਬ ਲੈ ਗਿਆ ਗੁਰਮੁਖੋ ਰਿਸ਼ੀ ਚੰਦਰਕ ਕੋਲ। ਅੰਬ ਜਿਹੜੇ ਲੈ ਕੇ ਗਿਆ ਸੀ ਮਹਾਤਮਾ, ਚੰਦਰਕ ਦੇ ਮੂਹਰੇ ਰੱਖ ਅਤੇ ਬੇਨਤੀ ਕੀਤੀ, ਕਹਿੰਦਾ ਮਹਾਂਪੁਰਸ਼ੋ ਬੱਚਾ ਹੈ ਨਹੀਂ। ਤਾਂ ਰਿਸ਼ੀ ਚੰਦਰਕ ਨੂੰ ਤਰਸ ਆ ਗਿਆ, ਦਇਆ ਦੇ ਘਰ ਵਿੱਚ ਆਏ, ਇੱਕ ਅੰਬ ਚੱਕਿਆ ਅਤੇ ਰਾਜੇ ਵੈਦ ਰੱਥ ਨੂੰ ਦੇ ਤਾ। ਆਖੋ ਸਤਨਾਮ। ਕਹਿੰਦੇ ਸਾਡਾ ਬਚਨ ਹੈ, ਆਹ ਲੈ ਜਾ ਫਲ, ਇਹ ਆਪਣੀ ਰਾਣੀ ਨੂੰ ਖਵਾ ਦੀ, ਬੱਚਾ ਹੋ ਜੂਗਾ। ਸਾਡਾ ਬਚਨ ਹੈ ਬਹੁਤ ਵੱਡਾ ਬਲੀ ਪੈਦਾ ਹੋਣਾ ਜਿਹੜਾ ਕਿਸੇ ਤੋਂ ਜਿੱਤਿਆ ਹੀ ਨਹੀਂ ਜਾਣਾ। ਆਖੋ ਸਤਨਾਮ। ਜਦੋਂ ਰਿਸ਼ੀ ਚੰਦਰਕ ਨੇ ਇਹ ਬਚਨ ਕੀਤਾ, ਰਾਜੇ ਨੇ ਫਲ ਲਿਆ, ਜਦੋਂ ਘਰੇ ਆਇਆ ਮਹਿਲਾਂ 'ਚ, ਇਹਨੂੰ ਚਿੰਤਾ ਲੱਗ ਗਈ ਗੁਰਮੁਖ। ਚਿੰਤਾ ਤਾਂ ਲੱਗੀ ਕਿਉਂਕਿ ਇਹਦੀਆਂ ਰਾਣੀਆਂ ਸੀ 2, ਅਤੇ ਦੋਨੇ ਰਾਣੀਆਂ ਨੂੰ ਬੜਾ ਪਿਆਰ ਕਰਦਾ ਸੀ। ਕਹਿੰਦਾ ਹੁਣ ਅੰਬ ਹੈ 1, ਜੇ ਮੈਂ 1 ਰਾਣੀ ਨੂੰ ਖਵਾਤਾ ਤਾਂ ਇਹ ਤਾਂ ਵਿਤਕਰਾ ਹੋ ਜੂਗਾ,
ਘਰੇ ਕਲੇਸ਼ ਨਾ ਪੈ ਜੇ। ਅਤੇ ਮੈਂ ਤਾਂ ਦੋਨਾਂ ਨੂੰ ਬੜਾ ਪਿਆਰ ਕਰਦਾ, ਦੋਨੇ ਮੈਨੂੰ ਇੱਕੋ ਜਿਹੀਆਂ ਹੈ। ਇਹਨੇ ਕੀ ਕੀਤਾ ਨਾ, ਸੋਚ ਕੇ ਫਲ ਕੱਟ ਲਿਆ ਗੁਰਮੁਖ। ਇੱਥੇ ਬੇਨਤੀ ਕਰਦਿਆਂ, ਜੇ ਕਿਤੇ ਹੁਣ ਵੀ ਕਈ ਥਾਂ 'ਤੇ ਮਰਿਆਦਾ ਫਲ ਪਾਏ ਜਾਂਦੇ ਹੈ, ਇਹਨੂੰ ਕਹਿੰਦੇ ਚਾਕੂ ਨਾਲ ਕੱਟਣਾ ਨਹੀਂ ਚਾਹੀਦਾ, ਇੱਦਾਂ ਹੀ ਖਾਣਾ ਚਾਹੀਦਾ। ਇਹਨੇ ਅੰਬ ਕੱਟ ਲਿਆ, ਕੱਟ ਕੇ ਅੱਧਾ ਅੱਧਾ ਦੋਨੇ ਰਾਣੀਆਂ ਨੂੰ ਖਵਾਤਾ ਗੁਰਮੁਖ। ਉੱਧਰ ਮਹਾਂਪੁਰਸ਼ਾਂ ਦਾ ਰਿਸ਼ੀ ਚੰਦਰਕ ਦਾ ਵਰ ਸੀਗਾ, ਕੁਦਰਤ ਕਰਤਾਰ ਦੀ ਇੱਕੇ ਦਿਨ ਦੋਨਾਂ ਰਾਣੀਆਂ ਕੋਲ ਗਰਭ ਠਹਿਰਿਆ ਅਤੇ ਇੱਕੇ ਦਿਨੀ ਅੱਗੇ ਜਾ ਕੇ ਬੱਚਾ ਪੈਦਾ ਹੋਇਆ ਦੋਨਾਂ ਰਾਣੀਆਂ ਕੋਲ। ਪਰ ਬੱਚਾ ਕਿੱਦਾਂ ਦਾ ਪੈਦਾ ਹੋਇਆ ਹੈ, ਅੱਧਾ ਅੱਧਾ ਸਰੀਰ ਦੋਨਾਂ ਦੇ ਪੈਦਾ ਹੋ ਗਿਆ। ਆਖੋ ਸਤਨਾਮ। ਹੁਣ ਜਦੋਂ ਬੱਚਿਆਂ ਨੇ ਜਨਮ ਲਿਆ, ਦਾਈ ਨੇ ਆ ਕੇ ਦੱਸਿਆ, ਰਾਜਾ ਬੈਦਰਥ ਜੀ, ਤੁਹਾਡੀਆਂ ਰਾਣੀਆਂ ਕੋਲ ਬੱਚਾ ਤਾਂ ਪੈਦਾ ਹੋ ਗਿਆ ਪਰ ਆਪਣੇ ਕਿਸੇ ਕੰਮ ਨਹੀਂ, ਕਿਉਂਕਿ ਸਰੀਰ ਅੱਧਾ ਉਹਦੇ ਪੈਦਾ ਹੋਇਆ ਅੱਧਾ ਉਹਦੇ। ਇਹ ਫੇਰ ਪਛਤਾਇਆ, ਕਹਿੰਦਾ ਗਲਤੀ ਮੈਥੋਂ ਹੀ ਹੋ ਗਈ, ਮਹਾਂਪੁਰਸ਼ਾਂ ਦਾ ਦਿੱਤਾ ਹੋਇਆ ਫਲ ਮੈਂ ਕੱਟ ਲਿਆ। ਆਖੋ ਸਤਨਾਮ। ਚਲੋ ਕੋਈ ਗੱਲ ਨਹੀਂ, ਕਹਿੰਦਾ ਆਪਣੇ ਕਿਸੇ ਕੰਮ ਨਹੀਂ, ਇਹਨੂੰ ਮਸਾਣਾ 'ਚ ਸਿੱਟਿਆ, ਉਹ ਕਹਿੰਦਾ ਦੱਬਿਆ ਹੋ ਜਾ। ਜਦੋਂ ਇਹਦੇ ਨੌਕਰ ਚਾਕਰ ਉਹ ਦੋ ਟੋਟੇ ਸਰੀਰ ਬੱਚੇ ਦਾ ਉਹਨੂੰ ਮਸਾਣਾ 'ਚ ਸਿੱਟਿਆ ਏ, ਅਤੇ ਉੱਥੇ ਇੱਕ ਰਾਕਸ਼ਣੀ ਰਹਿੰਦੀ ਸੀ ਗੁਰਮੁਖੋ, ਉਹਦਾ ਨਾਮ ਸੀ ਜਰਾ, ਜਰਾ ਰਾਕਸ਼ਣੀ। ਉਹ ਬੰਦਿਆਂ ਦਾ ਮਾਸ ਖਾਂਦੀ ਸੀ, ਜਦੋਂ ਇਹਨੂੰ ਸਮੈਲ ਆਈ, ਇਹਨੇ ਤਾਂ ਆ ਕੇ ਦੋਨੇ ਟੋਟੇ ਚੱਕ ਲਏ, ਅਤੇ ਜਦੋਂ ਦੋਨੇ ਟੋਟੇ ਬੱਚੇ ਦੇ ਸਰੀਰ ਦੇ ਚੱਕੇ, ਕਹਿੰਦੇ ਬੱਚਾ ਜੁੜ ਗਿਆ ਗੁਰਮੁਖੋ। ਆਖੋ ਸਤਨਾਮ। ਉੱਚੀ ਉੱਚੀ ਰੋਇਆ, ਚੀਕਾਂ ਇੰਨੀਆਂ ਉੱਚੀ ਮਾਰੀਆਂ, ਕਹਿੰਦੇ ਜਰਾ ਰਾਕਸ਼ਣੀ ਵੀ ਕੰਬ ਗਈ। ਹੁਣ ਇਹ ਹੁੰਦਾ ਹੀ ਹੈ ਨਾ, ਹੁਣ ਰੱਬ ਨਾ ਕਰੇ ਕੱਟਿਆ ਹੋਇਆ ਸਰੀਰ ਜੁੜ ਕੇ ਬੋਲ ਪਏ, ਹੈਰਾਨੀ ਤਾਂ ਆਪਾਂ ਨੂੰ ਵੀ ਹੋਊਗੀ। ਬਾਕੀ ਉਹਨੂੰ ਰਿਸ਼ੀਆਂ ਦਾ ਵਰ ਸੀ ਵੀ ਬੱਚਾ ਇਹ ਜਿਹਾ ਬਲੀ ਪੈਦਾ ਹੋਊ, ਕਿਸੇ ਤੋਂ ਜਿੱਤਿਆ ਨਹੀਂ ਜਾਣਾ। ਉਹ ਐਡਾ ਜ਼ੋਰ ਦੀ ਚੀਕਿਆ, ਕਹਿੰਦੇ ਰਾਕਸ਼ਣੀ ਵੀ ਡਰ ਗਈ, ਪਤਾ ਹੀ ਨਾ ਲੱਗੇ ਮੈਂ ਕੀ ਕਰਾਂ। ਅਤੇ ਸ਼ਹਿਰ ਦੇ ਲੋਕ ਉੱਠ ਖੜ੍ਹੇ ਵੀ ਕੀ ਗੱਲ, ਜਦੋਂ ਦੇਖਿਆ ਵੀ ਬੱਚੇ ਦੇ ਰੋਣ ਦੀ ਆਵਾਜ਼ ਇੱਧਰੋਂ ਆਉਂਦੀ ਹੈ, ਜਾ ਕੇ ਸ਼ਮਸ਼ਾਨ ਘਾਟ ਨੂੰ ਘੇਰਾ ਪਾ ਲਿਆ ਅਤੇ ਇਕੱਠੇ ਹੋ ਕੇ ਕਹਿੰਦੇ ਰਾਕਸ਼ਣੀ ਫੜ ਲਈ ਗੁਰਮੁਖ। ਰਾਜੇ ਕੋਲ ਰਹਿ ਗਏ, ਕਹਿੰਦੇ ਰਾਜਾ ਜੀ ਇਹ ਰਾਕਸ਼ਣੀ ਪਿੰਡ ਦੇ ਜਵਾਕ ਚੱਕ ਚੱਕ ਖਾਂਦੀ ਹੈ। ਆਖੋ ਸਤਨਾਮ। ਹੁਣ ਉਹਨਾਂ ਨੂੰ ਵਿਚਲੀ ਗੱਲ ਦਾ ਪਤਾ ਨਾ, ਕਹਿੰਦੇ ਬੱਚੇ ਨੂੰ ਖਾਂਦੀ ਸੀ, ਆਹ ਦੇਖੋ ਇਹਦੇ ਕੋਲ ਬੱਚਾ। ਰਾਜਾ ਕਹਿੰਦਾ ਵੀ ਇਹਨੂੰ ਮਾਰ ਦਿਆਂਗੇ ਆਪਾਂ, ਫਿਰ ਸਜ਼ਾ ਦਿਆਂਗੇ। ਉਹ ਰਾਕਸ਼ਣੀ ਨੇ ਫਿਰ ਸੱਚ ਦੱਸਿਆ, ਕਹਿੰਦੀ ਰਾਜਾ ਜੀ ਅਸਲ ਵਿੱਚ ਠੀਕ ਹੈ ਮੈਂ ਮਨੁੱਖਾਂ ਦਾ ਮਾਸ ਤਾਂ ਖਾਂਦੀ ਹਾਂ, ਪਰ ਮੈਂ ਅੱਜ ਤੱਕ ਕਿਸੇ ਬੱਚੇ ਨੂੰ ਚੱਕ ਕੇ ਨਹੀਂ ਖਾਧਾ। ਆਹ ਵੀ ਜਿਹੜਾ ਬੱਚਾ ਰੋਂਦਾ ਹੈ, ਅਸਲ ਗੱਲ ਇਹ ਹੈ ਵੀ ਬੱਚੇ ਦੇ ਦੋ ਟੋਟੇ ਸਰੀਰ ਇੱਥੇ ਪਿਆ ਸੀ, ਜਦੋਂ ਮੈਂ ਇਹਨੂੰ ਚੱਕਿਆ ਹੱਥ ਵਿੱਚ ਤਾਂ ਜੁੜ ਗਿਆ, ਰੋਣ ਲੱਗ ਗਿਆ। ਨੌਕਰ ਕਹਿੰਦੇ ਵੀ ਇਹ ਤਾਂ ਉਹੀ ਹੈ ਜਿਹਨੂੰ ਅਸੀਂ ਸਿੱਟ ਕੇ ਆਏ ਸੀ। ਉੱਥੋਂ ਫਿਰ ਰਾਕਸ਼ਣੀ ਤੋਂ ਬੱਚਾ ਲੈ ਲਿਆ, ਉਸੇ ਦਾ ਨਾਮ ਪਿਆ ਸੀ ਜਰਾ ਸੰਧ। ਆਖੋ ਸਤਨਾਮ। ਇਹ ਬਹੁਤ ਵੱਡਾ ਬਲੀ ਹੋਇਆ ਗੁਰਮੁਖੋ। ਜਰਾ ਰਾਕਸ਼ਣੀ ਨੇ ਦੋ ਟੋਟੇ ਜੋੜ ਕੇ ਸੰਧੀ ਕੀਤੀ ਸੀ ਤਾਂ ਨਾਂ ਪਿਆ ਸੀ ਜਰਾ ਸੰਧ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਜਰਾ ਰਾਕਸੀ ਸੰਧ ਕਰਿਓ ਹੈ
ਜਰਾਸੰਧ ਤਹਿ ਨਾਮ ਧਰਿਓ ਹੈ। ਸੂਰਜ ਪ੍ਰਕਾਸ਼ ਵਿੱਚ ਉਹ ਕਹਿੰਦੇ ਜਰਾ ਰਾਕਸ਼ਣੀ ਨੇ ਦੋ ਟੋਟੇ ਜੋੜੇ, ਉਹਦਾ ਨਾਮ ਹੀ ਜਰਾਸੰਧ ਪੈ ਗਿਆ। ਰਾਜੇ ਬੈਦਰਥ ਨੇ ਪਾਲਿਆ, ਉਹ ਪਟਨਾ ਸਾਹਿਬ ਰਹਿੰਦਾ ਹੁੰਦਾ ਸੀ ਰਾਜਾ ਬੈਦਰਥ, ਉਹਦਾ ਵਸਾਇਆ ਹੋਇਆ ਨਗਰ ਹੈ। ਅਤੇ ਜਰਾਸੰਧ ਐਡਾ ਵੱਡਾ ਬਲੀ ਸੀ ਗੁਰਮੁਖ ਪਿਆਰਿਓ, ਜਦੋਂ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਨਾ, ਜਰਾਸੰਧ ਦੀਆਂ ਦੋ ਧੀਆਂ ਸੀ, ਉਹ ਦੋਨੇ ਲੜਕੀਆਂ ਕੰਸ ਨੂੰ ਵਿਆਹੀਆਂ ਹੋਈਆਂ ਸੀ ਜਰਾਸੰਧ ਦੀਆਂ। ਜਦੋਂ ਕ੍ਰਿਸ਼ਨ ਨੇ ਕੰਸ ਨੂੰ ਮਾਰਤਾ, ਉਹ ਦੋਨੇ ਧੀਆਂ ਬੱਚੀਆਂ ਰੋਈਆਂ ਆਪਣੇ ਬਾਪ ਕੋਲੇ ਜਾ ਕੇ, ਕਹਿੰਦੀਆਂ ਸਾਨੂੰ ਕੀ ਫਾਇਦਾ ਤੇਰੀ ਐਡੀ ਤਾਕਤ ਦਾ, ਅਸੀਂ ਤਾਂ ਰੰਡੀਆਂ ਹੋ ਗਈਆਂ, ਸਾਡਾ ਸਿਰ ਦਾ ਸਾਈ ਮਾਰਤਾ ਕ੍ਰਿਸ਼ਨ ਨੇ, ਤੇਰੀ ਤਾਕਤ ਦਾ ਤੇਰੇ ਬਲੀ ਹੋਣ ਦਾ ਸਾਨੂੰ ਕੀ ਫਾਇਦਾ। ਫਿਰ ਉਹ ਚੜ੍ਹ ਕੇ ਆਇਆ ਸੀ ਗੁਰਮੁਖ ਪਿਆਰਿਓ, 18 ਯੁੱਧ ਕੀਤੇ ਕ੍ਰਿਸ਼ਨ ਜੀ ਦੇ ਨਾਲ, ਉਹਨੇ ਫਿਰ 18 ਵਾਰ ਜੰਗ ਹੋਇਆ ਮਥੁਰਾ ਦੇ ਵਿੱਚ, ਮਥੁਰਾ 18 ਵਾਰ ਯੁੱਧ ਹੋਇਆ ਅਤੇ 18 ਵਾਰੀ ਕ੍ਰਿਸ਼ਨ ਜੀ ਨੂੰ ਹਾਰ ਕੇ ਭੱਜਣਾ ਪਿਆ। ਆਖੋ ਸਤਨਾਮ, ਕਿੱਡਾ ਵੱਡਾ ਬਲੀ ਹੋਏਗਾ। ਤਾਂ ਹੀ ਉਹਨੇ ਜਾ ਕੇ ਦੁਆਰਕਾ ਵਸਾਈ ਸੀ ਵੀ ਇਹਨੇ ਹੁਣ ਟਿਕਣ ਤਾਂ ਨਹੀਂ ਦੇਣਾ। ਕਈ ਵਾਰੀ ਸੇਵਕ ਕਹਿੰਦੇ ਹੁੰਦੇ ਸ਼੍ਰੀ ਕ੍ਰਿਸ਼ਨ ਜੀ ਤੁਸੀਂ ਤਾਂ ਅਵਤਾਰ ਹੋ, ਇਹਦੇ ਮੂਹਰੇ ਭੱਜਦੇ ਕਿਉਂ, ਇਹਨੂੰ ਮਾਰ ਦਿਓ। ਉਦੋਂ ਕ੍ਰਿਸ਼ਨ ਜੀ ਕਹਿੰਦੇ ਹੁੰਦੇ, ਕਹਿੰਦੇ ਮੈਂ ਇਹਨੂੰ ਮਾਰਨਾ ਨਹੀਂ ਹੈ, ਕਿਉਂ, ਕਿਉਂਕਿ ਇਹ ਇੱਕ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਪੈਦਾ ਹੋਇਆ ਵਾ। ਆਖੋ ਸਤਨਾਮ, ਨਾਮ ਰਹੇ ਹੋ ਸਾਧੂ ਰਹੇ ਹੋ, ਰਹੇ ਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਰੱਬ ਦੇ ਫਕੀਰਾਂ ਦਾ ਤਾਂ ਐਡਾ ਵੱਡਾ ਦਰਜਾ। ਕ੍ਰਿਸ਼ਨ ਜੀ ਕਹਿੰਦੇ ਮੈਂ ਇਹਨੂੰ ਮਾਰ ਨਹੀਂ ਸਕਦਾ, ਕਿਉਂਕਿ ਫਕੀਰ ਦੇ ਬਚਨ ਤੋਂ ਪੈਦਾ ਹੋਇਆ। ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ, ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ, ਉੱਚਾ ਤੇ ਸੁੱਚਾ ਦਰਜਾ, ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ। ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ, ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ, ਉੱਚਾ ਤੇ ਸੁੱਚਾ ਦਰਜਾ, ਪਿਆਰਿਓ। ਜਿਹੜਾ ਕਿਸੇ ਮਹਾਂਪੁਰਸ਼ ਦਾ ਬਚਨ ਹੈ ਨਾ, ਉਹ ਕਿੱਥੋਂ ਤੱਕ ਜਾਂਦਾ ਹੈ। ਕ੍ਰਿਸ਼ਨ ਜੀ ਤੋਂ ਮਰਿਆ ਨਹੀਂ ਸੀ, ਫਿਰ ਬਾਅਦ 'ਚ ਉਹ ਧੋਖੇ ਨਾਲ ਮਾਰਿਆ ਸੀ। ਆਖੋ ਸਤਨਾਮ। ਚਲੋ ਇਹ ਬੇਨਤੀ ਤਾਂ ਕੀਤੀ ਹੈ ਵੀ ਜਿਹੜਾ ਪਟਨਾ ਸ਼ਹਿਰ ਹੈ ਨਾ, ਇਹ ਬਹੁਤ ਪੁਰਾਣਾ ਹੈ, ਦੁਆਪਰ ਯੁੱਗ ਦਾ ਗੁਰਮੁਖ ਰਾਜੇ ਬੈਦਰਥ ਦਾ ਵਸਾਇਆ ਹੋਇਆ। ਅਤੇ ਉੱਥੇ ਪਟਨੇ ਦੇ ਵਿੱਚ ਇੱਕ ਹਲਵਾਈ ਰਹਿੰਦਾ ਹੈ ਜਿਹਦਾ ਨਾਮ ਹੈ ਸੇਠ ਜੈਤ ਮੱਲ। ਉਹਨੇ ਗੁਰਮੁਖੋ ਦੁਕਾਨ ਪਾਈ ਹੋਈ,
ਦੁਕਾਨ 'ਤੇ ਛੋਲੇ ਪੂਰੀਆਂ ਬਣਾਉਣੀਆਂ, ਮਠਿਆਈ ਬਣਾਉਣੀ, ਵੇਚਣੀ, ਬਹੁਤ ਠੀਕ ਰੇਟ ਲਾਉਂਦਾ ਹੈ। ਅਤੇ ਫਿਰ ਵੀ ਜਿਹੜੀ ਬੱਚਤ ਹੁੰਦੀ ਉਸ ਪੈਸੇ ਦਾ ਗਰੀਬਾਂ ਵਿੱਚ ਜਾ ਕੇ ਲੰਗਰ ਲਾਉਂਦਾ ਹੁੰਦਾ। ਆਖੋ ਸਤਨਾਮ। ਕਮਾਈ ਦਾ ਤਾਂ ਸਾਧਨ ਚਾਹੀਦਾ ਹੀ ਹੈ, ਪਰ ਜਿਹੜੇ ਵੀ ਪੈਸੇ ਉਹਨੂੰ ਬਚਣੇ ਨਾ, ਉਹ ਵੀ ਗਰੀਬਾਂ 'ਚ ਵੰਡ ਦਿੰਦਾ। ਇਹਦਾ ਘਰ ਪਰਿਵਾਰ ਕੋਈ ਨਹੀਂ ਸੀ, ਗੁਰਮੁਖੋ ਪਰਿਵਾਰ ਨਹੀਂ ਸੀ, ਬਾਲ ਬੱਚੇ ਨਹੀਂ ਸੀ ਕੋਈ, ਅਤੇ ਲੋਕ ਉਹਨੂੰ ਸਤਿਕਾਰ ਦੇ ਨਾਲ ਭਗਤ ਜੈਤ ਰਾਮ ਕਹਿੰਦੇ ਹੁੰਦੇ। ਭਗਤ ਜੈਤ ਰਾਮ ਆਪਾਂ ਕਹਿੰਦੇ ਹਾਂ, ਬੰਦਾ ਭਗਤ ਹੈ ਜੀ, ਕਿਉਂ? ਦੁਨੀਆਂ ਦਾ ਭਲਾ ਕਰਦਾ। ਕਹਿੰਦੇ 325 ਸਾਲ ਦੀ ਉਮਰ ਹੋ ਗਈ ਗੁਰਮੁਖ, 325 ਸਾਲ ਚੱਲਦੇ ਚੱਲਦੇ ਮੇਰੇ ਗੁਰੂ ਨਾਨਕ ਦੁਨੀਆਂ ਨੂੰ ਤਾਰਦੇ ਹੋਏ ਆ ਗਏ ਪਟਨਾ ਸਾਹਿਬ। ਕਿਲ੍ਹਾ